ਸੋ ਹੁਣ ਸਾਡੇ ਪਾਸ ਸਿੱਖ ਕੌਮ ਦੇ ਮਹਾਨ ਰਾਗੀ ਭਾਈ ਸਾਹਿਬ ਭਾਈ ਮਹਿਤਾਬ ਸਿੰਘ ਜੀ ਜਲੰਧਰ ਵਾਲੇ ਪਹੁੰਚੇ ਹਨ। ਸੋ ਉਹਨਾਂ ਨੂੰ ਬੇਨਤੀ ਹੈ ਤਕਰੀਬਨ 50 ਮਿੰਟ ਵਾਸਤੇ ਤਕਰੀਬਨ 12:30 ਵਜੇ ਤੱਕ ਉਹ ਆਪ ਸਰਬੱਤ ਸੰਗਤਾਂ ਨੂੰ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕਰਵਾਉਣਗੇ ਭਾਈ ਸਾਹਿਬ ਭਾਈ ਮਹਿਤਾਬ ਸਿੰਘ ਜੀ। ਡੰਡੌਤ ਬੰਦਨੇ ਅਨਕਬਾ ਸਰਬ ਕਲਾ ਸਮਰਥ ਢੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਭਿਖਾਰੀ ਜੀਓ ਮੈਂ ਕਿਆ ਚਿਥਿਰ ਨਾ ਰਹਾ ਹਰ ਦੀ ਜੈਨਾ ਪਿਆਰੀ ਜੀਓ ਗੁਰ ਪਰ ਸੰਭਾਲੋ ਪਰਸ ਹਮਲੋ ਗੁਰ ਪਰਸ ਹਮਲੋ ਕੰਚਨ ਹੋਇਆ
ਸਤਿਗੁਰ ਕੈ ਬਲਹਾਰੀਐ, ਸਤਿਗੁਰ ਕੈ ਬਲਹਾਰੀਐ, ਨਿਲਕੰਚਨ ਹਰ ਜੀਆ
ਸਿੰਘਾਸਨ ਹਰਜੀਆਏ ਛੱਡ ਸਿੰਘਾਸਨ ਹਰਜੀਆ ਦੂਰੋਂ ਸਿੰਘਾਸਨ ਹਰਜੀਆ ਚੱਲਿਆ ਗੰਦਾ ਗੱਡੀਆਂ
ਸਿੰਘਾਸਨ ਹਰਦੀ ਆਏ ਹਰਦੀ ਆਏ ਰੇ ਪਾ
ਹਰ ਕੀ ਮਹਿਮਾ ਕਿਛ ਕਥਨ ਨਾ ਜਾਈ ਤੇ ਰਹੀਏ ਰੇ ਪਾਈ
ਜਿਹ ਗੁਰ ਮਿਲੈ ਤਿਹ ਪਾਰ ਉਤਾਰ ਜਿਉਂ ਰਾਮ ਰੱਖੈ ਜੋ ਰਾਮ ਰੱਖੇ ਤਿਉਂ ਰਹੀਏ ਰੇ ਪਾਈ ਆਈ ਕਥਨ ਨਾ ਜਾਈ ਹਰ ਕੀ ਮਹਿਮਾ ਕਿਛ ਕਥਨ ਨਾ ਜਾਈ ਜੋ ਰਹੀਐ ਰੇ ਪਾਈ ਜੋ ਰਾਮ ਰੱਖੈ ਜੋ ਰਹੀਐ ਰੇ ਪਾਈ ਹਰ ਕੀ ਮਹਿਮਾ ਕਿਛ ਕਥਨ ਨਾ ਜਾਈ ਜੋ ਰਹੀਐ ਰੇ ਪਾਈ ਜੋ ਰਾਮ ਰੱਖੈ ਜੋ ਰਹੀਐ ਰੇ ਪਾਈ ਜੋ ਰਾਮ ਰੱਖੈ ਜੋ ਰਾਮ ਰੱਖੈ ਜੋ ਰਾਮ ਰੱਖੈ ਤਿਉ ਰਹੀਐ ਰੇ ਪਾਈ ਜਿਉ ਰਾਮ ਰੱਖੈ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਅੱਲਾ ਪਾਕ ਪਾਕ ਹੈ ਅੱਲਾ 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 ਪਾਕਮ ਪਾਕ ਹੈ ਅੱਲਾ ਅੱਲਾ ਪਾਕਮ ਪਾਕ ਸ਼ਕਰੋਂ ਦੇ ਦੂਸਰ ਹੋਏ ਸ਼ਕਰੋਂ ਦੇ ਦੂਸਰ ਹੋਏ ਅੱਲਾ ਪਾਕਮ ਪਾਕ ਹੈ ਅੱਲਾ ਅੱਲਾ ਪਾਕਮ ਪਾਕ Thank you.
پاکم آسمان میں آنے لگنگ دریا غسل کر دوں کر پکر دائم لائے لائے چشمے جگہ تہا موج Thank you.
कबीर करम करीम का कर जाने सोए ओह कर जाने सोए ओह कर जाने सोए अल्लाह पाक ਸੰਗਤ ਜੀ ਪੂਜਨੀਕ ਮਹਾਂਪੁਰ ਸੰਤ ਬਾਬਾ ਪਰਮਜੀਤ ਸਿੰਘ ਜੀ ਉਹਨਾਂ ਦੀ ਯਾਦ ਵਿੱਚ ਜੁੜ ਬੈਠੇ ਹੋ ਬਾਬਾ ਅਮਰਜੀਤ ਸਿੰਘ ਜੀ ਦਲ ਪੰਥ ਬਾਬਾ ਬਿਧੀ ਚੰਦ ਜੀ ਬਾਬਾ ਬਿਧੀ ਚੰਦ ਜੀ ਅੰਸ਼ ਬੰਸ ਦੇ ਵਿੱਚੋਂ ਗੁਰੂ ਪਾਤਸ਼ਾਹ ਦੀ ਕਿਰਪਾ ਦੀ ਸਦਕਾ ਮਹਾਂਪੁਰਸ਼ਾਂ ਨੇ ਇਸ ਇਲਾਕੇ 'ਚ ਜੋ ਪ੍ਰਚਾਰ ਕੀਤਾ ਉਹ ਅੱਜ ਸਾਨੂੰ ਸਾਹਮਣੇ ਦਿਸ ਰਿਹਾ ਆਓ ਇੱਕ ਸ਼ਬਦ ਦੀ ਹਾਜ਼ਰੀ ਹੋਰ ਲਾਉਣੀ ਹੈ ਬਾਬਾ ਬੰਤਾ ਸਿੰਘ ਜੀ ਮਹਾਂਪੁਰਸ਼ ਬਾਬਾ ਜੀਵਾ ਸਿੰਘ ਜੀ ਤਿੰਨਾਂ ਨੇ ਦਾਸਰਿਆਂ ਦੇ ਜਥੇ ਨੂੰ ਮਾਣ ਬਖਸ਼ਿਆ ਕੋਸ਼ਿਸ਼ ਹੁੰਦੀ ਹੈ ਹਰ ਸਾਲ ਆਪ ਸੰਗਤਾਂ ਦੇ ਦਰਸ਼ਨ ਕਰਵਾਉਂਦੇ ਨੇ ਕਿਉਂਕਿ ਇਹ ਸਾਡਾ ਆਪਣਾ ਘਰ ਹੈ ਸੁਰ ਸਿੰਘ ਦਮਦਮੀ ਟਕਸਾਲ ਜਿੱਥੇ ਦਾਸਰਿਆਂ ਦਾ ਜਥਾ ਸੰਤ ਬਾਬਾ ਠਾਕੁਰ ਸਿੰਘ ਜੀ ਦੀ ਸਰਪ੍ਰਸਤੀ ਹੇਠ ਦਾਸਰਿਆਂ ਨੇ ਕੀਰਤਨ
ਅਤੇ ਸੰਥਿਆ ਲਈ। ਬਾਬਾ ਜੀ ਦੀਆਂ ਬਖਸ਼ਿਸ਼ਾਂ ਵੀ ਬਹੁਤ ਲਈਆਂ, ਜਿਨ੍ਹਾਂ ਦੇ ਉਹਨਾਂ ਦੀਆਂ ਬਖਸ਼ਿਸ਼ਾਂ ਸਦਕਾ ਹੀ ਆਪ ਸੰਗਤਾਂ ਦੇ ਦਰਸ਼ਨ ਕਰ ਰਹੇ। ਆਓ ਸ਼ਬਦ ਹੈ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ। ਦਾਸਰਿਆਂ ਦੀ ਨਵੀਂ ਸੀਡੀ ਆ ਰਹੀ ਹੈ, ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਖ ਪੰਥ ਦੇ ਮਹਾਨ ਯੋਧੇ, ਮਹਾਨ ਜਰਨੈਲ, ਜਿਨ੍ਹਾਂ ਨੂੰ ਜਿੰਨੇ ਵੀ ਲਫ਼ਜ਼ ਕਹਿ ਕੇ ਬੋਲਿਆ ਜਾਵੇ ਥੋੜ੍ਹੇ ਨੇ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦਾ ਵੀ ਸ਼ਹੀਦੀ ਦਿਹਾੜਾ ਆ ਰਿਹਾ। ਆਓ ਪਿਆਰ ਦੇ ਨਾਲ ਇਹ ਸ਼ਬਦ ਨਾਲ ਜੁੜੀਏ, ਫਿਰ ਖਿਮਾ ਦੇ ਜਾਚਕ ਹੋਵਾਂਗੇ। ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ। ਆਓ ਪਿਆਰ ਦੇ ਨਾਲ ਇਹ ਸ਼ਬਦ ਨਾਲ ਜੁੜੀਏ, ਉਸ ਤੋਂ ਬਾਅਦ ਖਿਮਾ ਦੇ ਜਾਚਕ ਹੋਵਾਂਗੇ। ਤੁਮ ਹੋ ਸਭ ਰਾਜਨ ਕੇ ਰਾਜਾ ਰਾਜਨ ਕੇ ਰਾਜਾ ਮਹਾਰਾਜ ਕੇ ਮਹਾਰਾਜ ਐਸੋ ਰਾਜ ਛੋੜ ਆ ਦੂਜਾ ਕੌਣ ਧਿਆਨ ਨਿਓਲੀ ਕਰਨ ਜੁਦਾ
जन के राजा महाराज के ऐसो राज छोड़े और दूजा गान राजन के राजा महाराज के ऐसो राज छोड़ और तुझा कौन चाहिए महाबा गोविंद सिंह आपे गुर चेला गोविंद महाराजन के महाराजा और गुरु प्रसाद सिंह जी तहे दिलों धन्यवादी हाँ महापुरशां दे जेडे के इस पावन पवित्र स्थाना दे दर्शन करवाए बाबा बंता सिंह जी बाबा जीवा सिंह जी गुरु अगे अरदास जोदड़ी बेनती है महापुरशां नूं चढ़दी कला दे रोगता तंदुरुस्ती बख्शन क्योंकि अज दे अजोके समय दे विच बाबा बंता सिंह जी जो गुरसिखी का प्रचार कर रहे हैं
बच्चे तो लैके नौजवान बुजुर्ग उन्हां दी गल सुनदे ने क्योंकि उन्हां दी जबान च रस है। गुरु की कृपा है पातशाह सदा चढ़दी कला बख्शन। सब तो ज्यादा धन्यवाद धन गुरु ग्रंथ साहब महाराज पातशाह का जिन्हां ने अपना मेहर भरिया सिर ते हाथ रख के सेवा ली। होइयां भुल्लां दी खिमा गज वज के बुलाओ फतेह जी। वाहिगुरु जी का खालसा वाहिगुरु जी की फतेह। वाहेगुरु जी का खालसा वाहेगुरु जी की फतेह। ये सन भाई महताब सिंह जी जलंधर वाले जिन्हां ने बड़ा लम्मा समा दमदमी टकसाल दे हैडक्वार्टर गुरद्वारा गुरदर्शन प्रकाश विखे रह करके जो कीर्तन की सेवा है जो कीर्तन की दात है उतों प्राप्त की है।